ਅੰਮ੍ਰਿਤਸਰ ਦੇ ਪਿੰਡ ਚੀਤੇ ਚੇਤ ਸਿੰਘ ਵਾਲੇ ਦੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਗੁਰਪਿੰਦਰ ਸਿੰਘ ਲਾਲੀ ਨੂੰ ਕੁੱਟ-ਕੁੱਟ ਕੇ ਮੋਟ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਬੀਤੀ ਸ਼ਾਮ ਤਕਰੀਬਨ 6:30 ਵਜੇ ਗੁਰਪਿੰਦਰ ਸਿੰਘ ਸ੍ਰੀ ਤਰਨ ਤਾਰਨ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਉਸ ਨੂੰ ਰਸਤੇ ਵਿੱਚ ਸੁਖਦੇਵ ਸਿੰਘ ਦੋਦੀ, ਜਗੇਸ਼ਰ ਸਿੰਘ, ਸ਼ਮਸ਼ੇਰ ਸਿੰਘ ਅਤੇ ਗੁਰਬੀਰ ਸਿੰਘ ਨਾਮਕ ਦੋਸ਼ੀਆਂ ਨੇ ਘੇਰ ਲਿਆ, ਜਿਸ ਦੌਰਾਨ ਮੁਲਜ਼ਮਾਂ ਨੇ ਉਸਦੇ ਗੁਪਤ ਅੰਗਾਂ 'ਤੇ ਵਾਰ ਕੀਤੇ ਅਤੇ ਉਹ ਬੇਹੋਸ਼ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਚਿੱਟੇਵਣ ਦੀ ਪੁਲਿਸ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਸਰਪੰਚ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਸਵੇਰੇ ਜਾਂਦੇ ਜਾਂਦੇ ਨੂੰ ਮੁੰਡਿਆਂ ਨੇ ਘੇਰ ਕੇ ਇਹਨੂੰ ਸੱਟਾ ਸੁੱਟਾ ਮਾਰ ਬਹੁਤ ਕੁੱਟਿਆ ਕੱਟਿਆ ਠੁੱਡ ਮਾਰ ਦੇ ਰਿਹਾ, ਕਾਫੀ ਆਪਣਾ ਪੂਰਾ ਜ਼ੋਰ ਉਹਨਾਂ ਕੁੱਟ ਮਾਰ ਦਾ ਕੀਤਾ ਪੂਰਾ। ਸਾਡੀ ਰੰਜਿਤ ਕੋਈ ਨਹੀਂ ਸੀ, ਉਹ ਪਿਛਲੀ ਵਾਰ ਵੋਟਾਂ ਦੀ ਇਲੈਕਸ਼ਨ ਦੀ ਇਹਦੀ ਹੋਲੀ ਫਿਰਦੇ ਵੀ ਤੁਸੀਂ ਕਿਉਂ ਜਿੱਤੇ, ਅਸੀਂ ਜਿੱਤਣਾ ਸੀ, ਇਹੋ ਗੱਲ ਨਹੀਂ ਫਿਰਦੇ। ਅਸੀਂ ਮੰਗ ਕੇ ਇਹਨੂੰ ਸਾਫ ਕਰਦੇ ਹਾਂ ਵੀ ਜੋ ਵੀ ਉਹਨਾਂ ਦੀ ਸਜ਼ਾ ਵੱਧ ਤੋਂ ਵੱਧ ਉਹਨੂੰ ਦਿੱਤੀ ਜਾਵੇ ਜਿੰਨਾ ਇੰਨੀ ਹਰਕਤ ਮਾਰੀ। ਚੇਚਾ ਹੁਣੇ ਹੀ ਪਤਾ ਲੱਗਾ ਸੀ ਔਰ ਮੈਂ ਪਹੁੰਚਿਆ ਇੱਥੇ ਪੋਸਟਮਾਰਟਮ ਹਾਊਸ, ਔਰ ਪੁਲਿਸ ਨੂੰ ਵੀ ਇਹ ਤੈਅ ਕੀਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿੰਨਾ ਵੀ ਇੱਕ ਵਪਾਰਾ ਨੁਕਸਾਨ ਕੀਤਾ ਆ, ਕਤਲ ਕੀਤਾ ਆ, ਉਹਨਾਂ ਨੂੰ ਫੜ ਕੇ ਅੰਦਰ ਦਿਓ ਕਿਸੇ ਕੀਮਤ 'ਤੇ। ਕੈਪਟਨ ਸਾਹਿਬ ਨੇ ਤੁਹਾਨੂੰ ਦੱਸਿਆ ਲਾਅ ਐਂਡ ਆਰਡਰ ਅਸੀਂ ਕਿਸੇ ਨੂੰ ਹੱਥ 'ਚ ਨਹੀਂ ਲੈਣ ਦੇਣਾ, ਕਿਸੇ ਕੀਮਤ 'ਤੇ ਅਸੀਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਨੀਆਂ, ਔਰ ਇਸ ਫੈਮਿਲੀ ਨੂੰ ਪੂਰਾ ਨਿਆਂ ਮਿਲੇਗਾ, ਕੋਈ ਇਹੋ ਜਿਹਾ ਨਹੀਂ ਹੋਏਗਾ ਕਿ ਇਹ ਬੰਦਿਆਂ ਨੂੰ ਕੋਈ ਨਿਆਂ ਨਾ ਮਿਲੇ। ਪੂਰਨ ਤੌਰ 'ਤੇ ਜਿਹੜਾ ਕਾਨੂੰਨ ਕਹਿੰਦਾ ਹੈ ਉਹ ਸਜ਼ਾ ਅਸੀਂ ਉਹਨੂੰ ਦਵਾਵਾਂਗੇ।